ਵੀ ਜਦੋਂ ਇੱਕ ਕਲਾਕਾਰ ਜਾ ਰਿਹਾ ਹੁੰਦਾ ਤੇ ਉਹ ਸਿਗਰਟ ਪੀਂਦਾ ਤੇ ਸਿਗਰਟ ਦਾ ਧੂਵਾ ਪਿੱਛੇ ਜਿਹੜਾ ਸਿੱਖ ਨੌਜਵਾਨ ਆ ਰਿਹਾ ਹੁੰਦਾ ਉਹਦੇ ਮੂੰਹ ਤੇ ਪੈ ਰਿਹਾ ਇੱਕ ਜਿਹੜਾ ਵਿਅਕਤੀ ਦਾ ਦਾੜਾ ਪ੍ਰਕਾਸ਼ ਹੁੰਦਾ ਤੇ ਉਹਦੇ ਉੱਤੇ ਉਹ ਉਸ ਤਰ੍ਹਾਂ ਰੱਖ ਕੇ ਜਿਹੜਾ ਕਿ ਕਿਸ ਤਾਂ ਨੂੰ ਕਟਣਾ ਸਿੱਖ ਧਰਮ ਦੇ ਵਿੱਚ ਪਰ ਵਾਰ ਨਹੀਂ ਹੈਗਾ ਉਹਨੂੰ ਅਸੀਂ ਲੈਟਰ ਲਿਖੀਏ ਵੀ ਇਹਦੇ ਜਿਹੜੇ ਦੋਨੋਂ ਸੀਨ ਹੈਗੇ ਫਿਲਮ ਦੇ ਵਿੱਚੋਂ ਕਟਵਾਏ ਜਾਣ ਤੁਸੀਂ ਠੀਕ ਕਹਿ ਰਹੇ ਹੋ ਐਸੇ ਕਰਕੇ ਤਾਂ ਮੈਂ ਕਿਹਾ ਵੀ ਸੈਂਸਰ ਬੋਰਡ 'ਚ ਸਾਡਾ ਮੈਂਬਰ ਹੋਵੇ ਤਾਂ ਜੋ ਫਿਲਮ ਨੂੰ ਪਾਸ ਹੋਣ ਤੋਂ ਪਹਿਲਾਂ ਹੀ ਦੇਖਿਆ ਜਾ ਸਕੇ ਅਦਰਵਾਂ ਸੈਂਸਰ ਬੋਰਡ ਵੀ ਨਾ ਜਿਵੇਂ ਕੁਝ ਸਰਕਾਰੀ ਵਿਭਾਗ ਹੁੰਦੇ ਨੇ ਉਹ ਆਪਣਾ ਹਿੱਸਾ ਲੈ ਕੇ ਤੇ ਉਹਨੂੰ ਪਾਸ ਕਰ ਦਿੰਦੇ ਨੇ ਯਾਰ ਕੀ ਤੁਹਾਡਾ ਫਰਜ਼ ਇਹ ਵੀ ਨਹੀਂ ਨਾਲ ਬੰਦਾ 올 ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਦਾ ਜਾਂ ਹੋਰ ਸਿਕਸ ਸੰਸਥਾਵਾਂ ਦਾ ਕਿ ਜੇ ਕੋਈ ਐਸੀ ਗੱਲ ਹੁੰਦੀ ਹੈ ਉਸ ਨੂੰ ਸਹੀ ਤੱਥਾਂ ਨੂੰ ਸਾਹਮਣੇ ਲਿਆਂਦਾ ਜਾਵੇ ਦੇਖੋ ਇਹ ਨਾ ਕਿ ਬੜੀ-ਵੱਡੀ ਤੁਸੀਂ ਗੱਲ ਕਹੀ ਹੈ ਕੋਈ ਬੰਦਾ ਸੰਪੂਰਨ ਨਹੀਂ ਹੁੰਦਾ ਤਾਂ ਇਸ ਅਕਾਲ ਤੱਕ ਸਭ ਤੋਂ ਜਾਂ ਹਰੇਕ ਜਿਹੜੀ ਫਿਲਮ ਹੋਵੇ ਉਹਦੇ ਵਿੱਚ ਅਕਾਲ ਤੱਕ ਸਭ ਦੀ ਪ੍ਰਵਾਨਗੀ ਜਾਰੀ ਹੋਵੇ ਇਹ ਨਾ ਮੈਨੂੰ ਇੰਦਾ ਲੱਗਦਾ ਹੈ ਕਿ ਕਈ ਵਾਰ ਕਿਸੇ ਚੀਜ਼ ਨੂੰ ਨਾ ਹਾਈਲਾਈਟ ਕਰਨ ਦੇ ਲਈ ਕੰਟਰੋਵਰਸ਼ਲ ਸਟੇਟਮੈਂਟਸ ਦੇਣੀਆਂ ਚਾਹੁੰਦੀਆਂ ਹੁੰਦੀਆਂ ਆਂਦੀਆਂ ਇਹੋ ਜਿਹੀਆਂ ਏਜੰਸੀਆਂ ਜਾਂ ਇਹੋ ਜਿਹੇ ਵਰਕਿੰਗ ਪਲੈਟਫਾਰਮ ਨੇ ਤੇ ਮੈਨੂੰ ਲੱਗਦਾ ਹੈ ਕਿ ਇਹ ਧਰਮਿੰਦਰ ਹੁੰਨ ਦਾ ਜਿਹੜਾ ਪਰਿਵਾਰ ਹੈ ਜਾਂ ਜਿਹੜੇ ਵੀ ਪੰਜਾਬੀ ਬਾਲੀਵੁੱਡ ਦੇ ਵਿੱਚ ਹੈਗੀ ਇੰਡਸਟਰੀ ਦੇ ਮੈਂਬਰ ਨੇ ਇਹਨਾਂ ਨੂੰ ਨਾ ਇਹ ਪੰਜਾਬੀ ਤੜਕਾ ਲਾ ਕੇ ਨਾ ਆਪਣੀ ਪਿਕਚਰ ਨੂੰ ਪਪੂਲੈਰਿਟੀ ਚ ਲੈ ਕੇ ਆਂਦੇ ਆ ਕਿ ਮਤਲਬ ਵੈਲੀ ਜਿਹੜਾ ਵਰਡ ਯੂਜ਼ ਕੀਤਾ ਉਹ ਉਹਨਾਂ ਨੇ ਉਹਨੂੰ ਜਿਆਦਾ ਮਤਲਬ ਉਹ ਉਕਸਾ ਕੇ ਨਾ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਗਲੋਰੀਫਾਈ ਜੇ ਕਰਨਾ ਹੋਵੇ ਤਾਂ ਹਰੀ ਸਿੰਘ ਨਲਵੇ ਦਾ ਕਿਰਦਾਰ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਹੈ ਉਹਨੂੰ ਵਿਖਾਇਆ ਜਾ ਸਕਦਾ ਸੀ ਜੇ ਗਲੋਰੀਫਾਈ ਕਰਨਾ ਹੁੰਦਾ ਐਨੀਮਲ ਫਿਲਮ ਦੇ ਨਾਲ ਇੱਕ ਹੋਰ ਵਿਵਾਦ ਜੁੜ ਗਿਆ ਹੈ 올 인디아 식스 스튜던트 페데레이션 ਨੇ ਸੈਂਸਰ ਬੋਰਡ ਨੂੰ ਇਸ ਦੇ ਖਿਲਾਫ ਇੱਕ ਸ਼ਿਕਾਇਤ ਦਰਜ ਕਰਾਈ ਕੀ ਸ਼ਿਕਾਇਤ ਦਰਜ ਕਰਾਈਏ ਇਸ ਲਈ ਗੱਲਬਾਤ ਕਰਨ ਨੂੰ ਮੌਜੂਦ ਹੈ ਮੇਰੇ ਨਾਲ 올 인디아 식스 스튜던트 페데레이션 ਦੇ ਐਡਵੋਕੇਟ ਪਰਮਿੰਦਰ ਸਿੰਘ ਠਿੰਗੜਾ ਠਿੰਗੜਾ ਸਾਹਿਬ ਦੱਸੋ ਕਿ ਤੁਸੀਂ ਸ਼ਿਕਾਇਤ ਦਰਜ ਕਰਾਈ ਇਹਦੇ ਵਿੱਚ ਨਾ ਜਿਹੜੀ ਐਨੀਮਲ ਫਿਲਮ ਆਈ ਏ ਇਹਦੇ ਵਿੱਚ ਕੁਝ ਇਤਰਾਜ਼ਯੋਗ ਚੀਜ਼ਾਂ ਹਨ ਵੀ ਜਦੋਂ ਇੱਕ ਕਲਾਕਾਰ ਜਾ ਰਿਹਾ ਹੁੰਦਾ ਤਾਂ ਉਹ ਸਿਗਰਟ ਪੀਂਦਾ ਹੈ ਤੇ ਸਿਗਰਟ ਦਾ ਧੂਆ ਪਿੱਛੇ ਜਿਹੜਾ ਸਿੱਖ ਨੌਜਵਾਨ ਆ ਰਿਹਾ ਹੁੰਦਾ ਉਹਦੇ ਮੂੰਹ ਤੇ ਪੈ ਰਿਹਾ ਜਿਹੜੀ ਕਿ ਸਿੱਖ ਧਰਮ ਦੇ ਵਿੱਚ ਨਾ ਬਰਦਾਸ਼ਤਯੋਗ ਗੱਲ ਹੈ ਸਿੱਖ ਧਰਮ ਦੇ ਵਿੱਚ ਇਹਦੇ ਤੇ ਪਾਬੰਦੀ ਹੈ ਇਸੇ ਤਰ੍ਹਾਂ ਹੀ ਉਸ ਤੋਂ ਬਾਅਦ ਇੱਕ ਜਿਹੜਾ ਵਿਅਕਤੀ ਦਾ ਦਾੜਾ ਪ੍ਰਕਾਸ਼ ਹੁੰਦਾ ਤੇ ਉਹਦੇ ਉੱਤੇ ਉਹ ਉਸ ਤਰ੍ਹਾਂ ਰੱਖ ਕੇ ਜਿਹੜਾ ਕਿ ਕਿਸਤਾਂ ਨੂੰ ਕਟਣਾ ਸਿੱਖ ਧਰਮ ਦੇ ਵਿੱਚ ਪਰਵਾਹ ਨਹੀਂ ਹੈਗਾ ਗੁਰੂ ਸਾਹਿਬ ਨੇ ਸਿੱਖ ਨੂੰ ਸਬਤ ਸੂਰਤ ਰਹਿਤ ਦਿੱਤੀ ਹੈ ਤੇ ਇਹ ਜਿਹੜੀ ਦੋਨੋਂ ਚੀਜ਼ਾਂ ਜਿਹੜੀਆਂ ਸਿੱਖ ਸਿਧਾਂਤਾਂ ਦੇ ਉਲਟ ਨੇ ਉਹ ਇਸ ਫਿਲਮ ਦੇ ਵਿੱਚ ਦਰਸਾਈਆਂ ਗਈਆਂ ਨੇ ਤੇ ਅਸੀਂ ਸੈਂਟਰਲ ਬੋਰਡ ਆਫ ਫਿਲਮ ਜਿਹੜਾ ਸਰਟੀਫਿਕੇਸ਼ਨ ਨੂੰ ਕਰਦਾ ਉਹਨੂੰ ਅਸੀਂ ਲੈਟਰ ਲਿਖੀਏ ਵੀ ਇਹਦੇ ਜਿਹੜੇ ਦੋਨੋਂ ਸੀਨ ਹੈਗੇ ਫਿਲਮ ਦੇ ਵਿੱਚੋਂ ਕਟਵਾਏ ਜਾਣ ਤੇ ਇਹਦੇ ਨਾਲੇ ਜਿਹੜੀ ਸਾਡੀ ਮੇਨ ਮੰਗ ਹੈ ਵੀ ਸੈਂਸਰ ਬੋਰਡ ਦੇ ਵਿੱਚ ਸਿੱਖ ਕਮਿਊਨਿਟੀ ਦਾ ਇੱਕ ਨੁਮਾਇੰਦੇ ਦੇ ਤੌਰ ਤੇ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ ਮੈਂਬਰ ਨਾਮਜ਼ਦ ਕੀਤਾ ਜਾਵੇ ਜਿਵੇਂ ਮਿਨੋਰਟੀ ਕਮਿਸ਼ਨ ਦੇ ਵਿੱਚ ਹੁੰਦਾ ਉੱਥੇ ਸਾਰੇ ਜਿਹੜੇ ਘੱਟ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਨੁਮਾਇੰਦੇ ਨੇ ਇਸੇ ਤਰ੍ਹਾਂ ਸੈਂਸਰ ਬੋਰਡ ਦੇ ਵਿੱਚ ਵੀ ਸਿੱਖਾਂ ਦੇ ਨੁਮਾਇੰਦੇ ਨੂੰ ਸ਼ਾਮਲ ਕੀਤਾ ਜਾਵੇ ਤਾਂ ਜੋ ਆਏ ਦਿਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਕਿਉਂਕਿ ਜਿਹੜੇ ਫਿਲਮਾਂ ਬਣਾਉਂਦੇ ਨੇ ਕਈ ਵਾਰੀ ਉਹਨਾਂ ਨੂੰ ਸਿੱਖ ਸੱਭਿਆਚਾਰ ਬਾਰੇ ਜਾਣਕਾਰੀ ਨਹੀਂ ਹੁੰਦੀ ਜਾਂ ਕੁਝ ਜਾਣਬੁੱਝ ਕੇ ਵੀ ਜਹੀ ਹਰਕਤ ਕਰਦੇ ਨੇ ਤਾਂ ਜੋ ਕੋਈ ਕਮਿਊਨਲ ਕਲੈਸ਼ ਕਰਾਇਆ ਜਾ ਸਕੇ ਕੁਝ ਸਿਧਾਂਤਾਂ ਨੂੰ ਕੁਝ ਧਾਰਮਿਕ ਰੋਈਤਾਂ ਨੂੰ ਬਦਲਣ ਦੀ ਸਾਜ਼ਿਸ਼ ਵੀ ਕਈ ਵਾਰੀ ਇਦਾਂ ਹੁੰਦਾ ਤੇ ਉਹਦੇ ਕਰਕੇ ਤਾਂ ਜੋ ਇੱਕ ਕੌਮ ਦੀ એનર્ਜੀ ਵੇਸਟ ਨਾ ਹੋਵੇ ਆਏ ਦਿਨ ਜਦੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਸਿੱਖਾਂ ਨੂੰ ਧਰਨੇ ਪ੍ਰਦਰਸ਼ਨ ਕਰਨੇ ਆਫੀਅਰ ਦਰਜ ਕਰवानी ਪੈਂਦੀਆਂ ਨੇ ਜਾਂ ਉਹਨਾਂ ਦਾ ਵਿਰੋਧ ਹੁੰਦਾ ਅਸੀਂ ਨਹੀਂ ਜਾਣਦੇ ਵੀ ਜਿਹੜੀ ਸਾਡੀ ਪੀਡੀਐਸ ਸੀ ਉਹਨੂੰ ਵਿਰੋਧ ਦੇ ਵਿੱਚ ਹੀ ਰੱਖੀਏ ਇਹਦੇ ਵਾਸਤੇ ਅਸੀਂ ਸੈਂਸਰ ਬੋਰਡ ਨੂੰ ਲਿਖਿਆ ਵੀ ਇਹਦੇ ਵਿੱਚ ਸਾਡਾ ਕਿ ਮੈਂਬਰ ਨਾਮਜਦ ਕੀਤਾ ਜਾਵੇ ਜਦੋਂ ਮੈਂਬਰ ਨਾਮਜਦ ਹੋਵੇਗਾ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਉਹ ਚੈੱਕ ਹੋ ਜਾਏਗੀ ਤੇ ਇਹੋ ਜਿਹਾ ਸੀਨ ਸਾਹਮਣੇ ਨਹੀਂ ਆਉਣਗੇ ਇਸ ਫਿਲਮ ਨੂੰ ਰਿਲੀਜ਼ ਹੋਏ ਨੂੰ ਕਾਫੀ ਦਿਨ ਹੋ ਚੁੱਕੇ ਆ ਕਾਫੀ ਪਪੂਲਰ ਵੀ ਹੋ ਚੁੱਕੀ ਐ ਤੁਸੀਂ ਲੇਟ ਨਹੀਂ ਹੋ ਤੁਹਾਨੂੰ ਇਸ ਤੋਂ ਪਹਿਲਾਂ ਨਹੀਂ ਇਸ ਬਾਰੇ ਦੇਖਣਾ ਸੀ ਕੰਪਲੀਟ ਕਰਨੀ ਚਾਹੀਦੀ ਸੀ ਤੁਸੀਂ ਠੀਕ ਕਹਿ ਰਹੇ ਹੋ ਐਸੇ ਕਰਕੇ ਤਾਂ ਮੈਂ ਕਿਹਾ ਵੀ ਸੈਂਸਰ ਬੋਰਡ 'ਚ ਸਾਡਾ ਮੈਂਬਰ ਹੋਵੇ ਤਾਂ ਜੋ ਫਿਲਮ ਨੂੰ ਪਾਸ ਹੋਣ ਤੋਂ ਪਹਿਲਾਂ ਹੀ ਦੇਖਿਆ ਜਾ ਸਕੇ ਆਦਰਵਾਇਸ ਤੁਸੀਂ ਦੋਸਤੋ ਸਾਡੇ ਕੋਲ ਕਿਹੜਾ ਸਾਧਨ ਹੈ ਵੀ ਅਸੀਂ ਫਿਲਮ ਲੱਗਣ ਤੋਂ ਪਹਿਲਾਂ ਹੀ ਦੇਖ ਲਈਏ ਜਦੋਂ ਕੋਈ ਬੰਦਾ ਫਿਲਮ ਨੂੰ ਦੇਖੇਗਾ ਕੋਈ ਫਿਲਮ ਰਿਲੀਜ਼ ਹੋਵੇਗੀ ਫੇਰ ਹੀ ਪਤਾ ਲੱਗੂਗਾ ਨਾ ਉਸ ਤੋਂ ਪਹਿਲਾਂ ਨਾ ਤੁਹਾਡੇ ਕੋਲ ਕੋਈ ਸਾਧਨ ਹੈਗਾ ਇਹ ਦੇਖਣ ਵਾਲਾ ਨਾ ਸਾਡੇ ਕੋਲ ਸਾਧਨ ਹੈ ਉਹਨੂੰ ਚੈੱਕ ਕਰਨ ਦਾ ਇੱਕੋ ਹੀ ਤਰੀਕਾ ਸੈਂਸਰ ਬੋਰਡ ਸੈਂਸਰ ਬੋਰਡ 'ਚ ਹੀ ਮੰਗ ਗਿਣਤੀਆਂ ਵਿੱਚ ਬਾਕੀ ਮੈਂਬਰ ਨਾਮਜ਼ਦ ਕੀਤੇ ਜਾਂਦੇ ਨੇ ਇਸ ਤੋਂ ਪਹਿਲਾਂ ਵੀ ਤੁਸੀਂ ਵੀ ਗੱਲ ਕੀਤੀ ਇਸ ਤੋਂ ਪਹਿਲਾਂ ਵੀ ਕਾਫੀ ਫਿਲਮਾਂ ਦੇ ਵਿੱਚ ਇਸ ਤਰ੍ਹਾਂ ਦੇ ਤਰਾਜ ਯੋਗ ਆ ਰਹੇ ਆ ਪਰ ਸੈਂਸਰ ਬੋਰਡ ਇਸ ਵਾਰ ਧਿਆਨ ਨਹੀਂ ਦੇ ਰਿਹਾ ਇਸ ਲਈ ਜੇ ਨਹੀਂ ਹੁੰਦਾ ਤੇ ਤੁਸੀਂ ਕੀ ਕਰੋਗੇ ਦੇਖੋ ਸੈਂਸਰ ਬੋਰਡ ਵੀ ਨਾ ਜਿਵੇਂ ਕੁਝ ਸਰਕਾਰੀ ਵਿਭਾਗ ਹੁੰਦੇ ਨੇ ਉਹ ਆਪਣਾ ਹਿੱਸਾ ਲੈ ਕੇ ਤੇ ਉਹਨੂੰ ਪਾਸ ਕਰ ਦਿੰਦੇ ਨੇ ਇੱਥੋਂ ਦਾ ਏਸੇ ਤਰ੍ਹਾਂ ਹੀ ਲੱਗਦਾ ਵੀ ਸੈਂਸਰ ਬੋਰਡ ਦੇ ਵਿੱਚ ਵੀ ਪਾਰਦਰਸ਼ਤਾ ਦੇ ਨਾਲ ਕੰਮ ਨਹੀਂ ਕੀਤਾ ਜਾ ਰਿਹਾ ਕਿਉਂਕਿ ਜਿਹੜੇ ਸੈਂਸਰ ਬੋਰਡ ਦੇ ਵਿੱਚ ਨੁਮਾਇंदे ਹੁੰਦੇ ਨੇ ਉਹ ਸਭ ਇਸ ਫਿਲਮ ਦੇ ਨੂੰ ਸਮਝਦੇ ਹੁੰਦੇ ਨੇ ਉਹ ਜਾਣਦੇ ਹੁੰਦੇ ਨੇ ਵੀ ਇਹਦਾ ਜਿਸ ਸੱਭਿਆਚਾਰ ਨਾਲ ਸੰਬੰਧ ਹੈ ਜਿਸ ਧਰਮ ਨਾਲ ਸੰਬੰਧਤ ਉਹਦੇ ਤੇ ਕੀ ਪ੍ਰਭਾਵ ਹੋ ਸਕਦਾ ਚੰਗਾ ਪ੍ਰਭਾਵ ਕੀ ਹੋ ਸਕਦਾ ਮਾੜਾ ਪ੍ਰਭਾਵ ਕੀ ਹੋ ਸਕਦਾ ਜਿਹੜੇ ਉੱਥੇ ਬੰਦੇ ਬੈਠੇ ਨੇ ਇਹਦਾ ਮਤਲਬ ਵੀ ਉਹ ਆਪਣੀ ਪੂਰੀ ਡਿਊਟੀ ਨਹੀਂ ਨਿਭਾ ਰਹੇ ਉਹ ਡਿਊਟੀ ਨਹੀਂ ਨਿਭਾ ਰਹੇ ਜਾਂ ਉਹਨਾਂ ਨਾਲ ਜਾਨ ਮੁੱਜ ਕੇ ਅੱਖ ਵੀ ਚੀ ਤੇ ਇਸੇ ਕਰਕੇ ਹੀ ਅਸੀਂ ਕਹਿੰਦੇ ਆ ਵੀ ਇਹਦੇ ਵਿੱਚ ਕੱਲੇ ਸਿੱਖਾਂ ਦਾ ਹੀ ਨਹੀਂ ਜਿਹੜੀਆਂ ਵੀ ਦੇਸ਼ ਦੇ ਵਿੱਚ ਘਟ ਗੀਤ ਆਣੇ ਚਾਹੀਏ ਹਿੰਦੂ ਨੇ, ਬੋਧੀ ਨੇ, ਜੈਨੀ ਨੇ, ਮੁਸਲਮਾਨ ਨੇ, ਇਸਾਈ ਨੇ ਤਾਂ ਜੋ ਕਿਸੇ ਧਰਮ ਦੇ ਉੱਤੇ ਕੋਈ ਕਟਾਕਸ਼ ਨਾ ਕੀਤਾ ਜਾਵੇ, ਕਿਸੇ ਨੂੰ ਕੋਈ ਅਜੀਹਾ ਪਾਤਰ ਨਾ ਬਣਾਇਆ ਜਾਵੇ ਜਿਹਦੇ ਨਾਲ ਕੋਈ ਦੇਸ਼ ਦੇ ਵਿੱਚ ਦੰਗਾ ਵਿਸਾਦ ਹੋ ਸਕੇ, ਕੋਈ ਜਹੀ ਘਟਨਾ ਨਾ ਵਾਪਰੇ ਤੇ ਇਤਿਹਾਸ ਨੂੰ ਤੋੜਿਆ ਮਰੋੜਿਆ ਨਾ ਜਾਵੇ, ਰਹਿਤ ਮਰਿਆਦਾ ਨੂੰ ਤੋੜਿਆ ਮਰੋੜਿਆ ਨਾ ਜਾਵੇ, ਸਿੱਖ ਸਭਿਆਚਾਰ ਨੂੰ ਤੋੜਿਆ ਫੋੜਿਆ ਨਾ ਜਾਵੇ। ਇਹਦੇ ਕਰਕੇ ਹੀ ਅਸੀਂ ਕਹਿ ਰਹੇ ਆ ਵੀ ਇਹਨੂੰ ਫਿਲਮ ਦੇ ਵਿੱਚ ਜਿਹੜੇ ਸੀਨ ਨੇ ਇਹਨੂੰ ਕੱਟ ਦਿੱਤਾ ਜਾਵੇ। ਕਿ ਫਰ ਕਾਨੂੰਨੀ ਤੌਰ ਤੇ ਫਿਲਮ ਉਹ ਜੋ ਗਿਣੀ ਜਾਵੇਗੀ ਜਿਹਦੇ ਵਿੱਚ ਸੀਨ ਨਹੀਂ ਹੋਣਗੇ ਬਾਕੀ ਜਿਹੜੇ ਸੀਨ ਹੋਣਨਗੇ ਇਹ ਲੀਗਲ ਹੋ ਜਾਣਗੇ ਤੇ ਇਸੇ ਤਰ੍ਹਾਂ ਹੀ ਜੇ ਸਾਡਾ ਮੈਂਬਰ ਹੋਵੇਗਾ ਤੇ ਅੱਗੇ ਤੋਂ ਇਹ ਕਦੇ ਲੋਡ ਮਹਿਸੂਸ ਨਹੀਂ ਹੋਵੇਗੀ ਇਸ ਦੇ ਨਾਲ ਹੀ ਇਸ ਦੇ ਵਿੱਚ ਇੱਕ ਗਾਣਾ ਅਰਜਨ ਵੈਲੀ ਉਸ ਗਾਣੇ ਦੇ ਨੂੰ ਸਿੱਖ ਇਤਿਹਾਸ ਨਾਲ ਵੀ ਜੋੜਿਆ ਜਾ ਰਿਹਾ ਹੈ ਖਾਸ ਕਰਕੇ ਸੋਸ਼ਲ ਮੀਡੀਆ ਤੇ ਇਸ ਨੂੰ ਲੈ ਕੇ ਤੁਹਾਨੂੰ ਲੱਗਦਾ ਕਿ ਤੱਥ ਜਿਹੜੇ ਨੇ ਉਹ ਸਹੀ ਪੇਸ਼ ਹੋਣੇ ਚਾਹੀਦੇ ਉਹਦੇ ਵਿੱਚ ਵੀ ਇਹ ਤਰਾਜਯੋਗ ਗੱਲ ਹੈਗੀ ਵੀ ਤੱਥਾਂ ਨੂੰ ਗਲਤ ਤਰੀਕੇ ਨਾਲ ਤੋੜਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਉਦੇ ਵਿੱਚ ਜਿਹੜੇ ਗਾਣੇ ਦੀ ਭਾਵਨਾ ਕੋਈ ਹੋਰ ਹੁੰਦੀ ਉਹਦੀ ਪਿਕਚਰਾਈਜੇਸ਼ਨ ਹੋਰ ਹੁੰਦੀ ਹੈ ਤੇ ਜਿਹੜਾ ਸਮਝਣ ਵਾਲਾ ਦਰਸ਼ਕ ਹੁੰਦਾ ਉਹਨੂੰ ਹੋਰ ਨਜ਼ਰੀਏ ਦੇ ਨਾਲ ਦੇਖ ਲੈਂਦਾ ਪੰਜਾਬ ਦੇ ਵਿੱਚ ਬੜੇ ਪਾਤਰ ਰਹੇ ਨੇ ਜੱਗਾ ڈاکੂ ਵੀ ਕਿਹਾ ਜਾਂਦਾ ਮੋਲਾ ਜੱਟ ਦਾ ਵੀ ਜ਼ਿਕਰ ਹੁੰਦਾ ਲੇਕਿਨ ਉਹ ਜਿਹੜੇ ਪਾਤਰ ਹੈਗੇ ਨੇ ਉਹਨਾਂ ਨੇ ਚੰਗੇ ਕੰਮ ਵੀ ਕੀਤੇ ਨੇ ਕੁ ਸਮਾਨ ਖੋ ਕੇ ਉਸ ਸਮੇਂ ਗਰੀਬੀ ਸੀ ਗਰੀਬਾਂ ਦੇ ਵਿੱਚ ਲੜਕੀਆਂ ਨੂੰ ਬਚਾ ਕੇ ਲਿਆਣਾ ਉਹਨਾਂ ਵਿੱਚ ਵਿਆਹਾਂਾਂ ਦੇ ਵਿੱਚ ਮਦਦ ਕਰਨੀ ਇਹਦੇ ਵਿੱਚ ਵੀ ਲੇਕਿਨ ਨਾਂ ਤੇ ਉਹ ਅਰਜਨ ਵੈਲੀ ਦਾ ਹੀ ਵਰਤ ਲਿਆ ਗਿਆ ਲੇਕਿਨ ਉਹਦਾ ਕਰਦਾਰ ਉਹ ਜ ਨਹੀਂ ਦਿਖਾਇਆ ਗਿਆ ਇਹ ਇਤਰਾਜਯੋਗ ਗੱਲ ਹੈ ਇਸ ਦੇ ਨਾਲ ਹੀ ਇੱਕ ਗੱਲ ਕੀਤੀ ਜਾਵੇ ਜਿਵੇਂ ਹੁਣ ਮੈਂ ਗੱਲ ਕੀਤੀ ਤੀ ਤੁਹਾਨੂੰ ਸਿੱਖ ਇਤਿਹਾਸ ਨਾਲ ਜੋੜਿਆ ਜਾ ਰਿਹਾ ਹੈ ਕਿ ਤੁਹਾਡਾ ਫਰਜ ਇਹ ਵੀ ਨਹੀਂ ਨਾਲ ਬੰਦਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਜਾਂ ਹੋਰ ਸਿੱਖ ਸੰਸਥਾਵਾਂ ਦਾ ਕਿ ਜੇ ਕੋਈ ਐਸੀ ਗੱਲ ਹੁੰਦੀ ਹੈ ਉਸ ਨੂੰ ਸਹੀ ਤੱਥਾਂ ਨੂੰ ਸਾਹਮਣੇ ਲਿਆਂਦਾ ਜਾਵੇ ਦੇਖੋ ਇਹਨਾਂ ਕਿ ਬੜੀ-ਵੱਡੀ ਤੁਸੀਂ ਗੱਲ ਕਹੀ ਏ ਕੋਈ ਬੰਦਾ ਸੰਪੂਰਨ ਨਹੀਂ ਹੁੰਦਾ ਇਸੇ ਕਰਕੇ ਅਸੀਂ ਗੱਲ ਕਹਿੰਦੇ ਵੀ ਕਿਸੇ ਨਾ ਕਿਸੇ ਸੰਸਥਾ ਜਿਹੜੀ ਸੈਂਸਰ ਬੋਰਡ ਹੈ ਉਹਦੇ ਵਿੱਚ ਜਿਹੜੇ ਮੈਂਬਰ ਨਾਮਿਨੇਟ ਕੀਤੇ ਜਾਂਦੇ ਹਨ ਉਹਦੇ ਵਿੱਚ ਧਾਰਮਿਕ ਮੈਂਬਰ ਹੁੰਦੇ ਨੇ ਕਲਚਰਲ ਮੈਂਬਰ ਹੁੰਦੇ ਨੇ ਸਮਾਜਿਕ ਮੈਂਬਰ ਹੁੰਦੇ ਨੇ ਜਦੋਂ ਸਾਰੇ ਮੈਂਬਰ ਹੁੰਦੇ ਸਾਰੇ ਤੱਥਾਂ ਨੂੰ ਘੋਖਦੇ ਨੇ ਫਿਰ ਉਹਨੂੰ ਸਰਟੀਫਿਕੇਟ ਜਾਰੀ ਕਰਦੇ ਨੇ ਜੇ ਇਸੇ ਤਰ੍ਹਾਂ ਦੀ ਸਿਖਾ ਦੀ ਸੁਪਰੀਮ ਸੰਸਥਾ ਹੈਗੀ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਤੋਂ ਜਾਂ ਹਰੇਕ ਜਿਹੜੀ ਫਿਲਮ ਹੋਵੇ ਉਹਦੇ ਵਿੱਚ ਅਕਾਲ ਤਖਤ ਸਾਹਿਬ ਦੀ ਪ੍ਰਵਾਨਗੀ ਜਾਰੀ ਹੋਵੇ ਉਦੇ ਤੋਂ ਕੋਈ ਪੰਜ ਮੈਂਬਰੀ ਕਮੇਟੀ ਹੋਵੇ ਜਿਹੜੀ ਕਮੇਟੀ ਕਵੇ ਵੀ ਇਹਨੂੰ ਸਰਟੀਫਾਈਡ ਕਰਦੇ ਹੋ ਇਹ ਫਿਲਮ ਚੱਲਣ ਯੋਗ ਹੈਗੀ ਹੈ ਜੇਕਰ ਇਹ ਕੋਈ ਜਹੀ ਸੰਸਥਾ ਕਰੇਗੀ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਰਹੇਗੀ ਜੇਕਰ ਮੈਂ ਇੰਡੀਊਜਲ ਕਵਾਂ ਵੀ ਸਾਡੀ ਗੱਲ ਸੁਣ ਕੇ ਸਾਨੂੰ ਸ਼ਾਮਲ ਕਰ ਲਿਆ ਜਾਵੇ ਹੋ ਸਕਦਾ ਸਾਨੂੰ ਪੂਰੀ ਗੱਲ ਨਹੀਂ ਪਤਾ ਹੋਵੇ ਇਸੇ ਕਰਕੇ ਅਸੀਂ ਚਾਹੁੰਦੇ ਆਂ ਵੀ ਇਹਦੇ ਚ ਸ਼੍ਰੀ ਕਾਲ ਤਖਤ ਸਾਹਿਬ ਜਾਂ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਨੀ ਸਰਮੌਰ ਸੰਸਥਾ ਉਹਨੂੰ ਇਹਦੇ ਵਿੱਚ ਨਾਮਜ਼ਦ ਕਰਨਾ ਚਾਹੀਦਾ ਕੁਝ ਮੈਂਬਰ ਸਮਾਜ ਦੇ ਵਿੱਚੋਂ ਲੈਣੇ ਚਾਹੀਦੇ ਨੇ ਸੰਸਥਾਵਾਂ ਚੋਂ ਲੈਣੇ ਚਾਹੀਦੇ ਨੇ ਤੇ ਕੁਝ ਧਾਰਮਿਕ ਵਿੱਚੋਂ ਲੈਣੇ ਚਾਹੀਦੇ ਨੇ ਇੱਕ ਦੇਖਣ ਨੂੰ ਆ ਰਿਹਾ ਕਿ ਬਾਰ ਬਾਰ ਸਿੱਖ ਇਤਿਹਾਸ ਨੂੰ ਤੋੜ ਮੋੜ ਕੇ ਪੇਸ਼ ਕੀਤਾ ਜਾ ਰਿਹਾ ਹਰ ਜਗ੍ਹਾ ਤੇ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਤੇ ਫਿਲਮਾਂ ਤੇ ਹੋਰ ਜੇ ਕਿਤਾਬਾਂ ਦੇ ਵਿੱਚ ਵੀ ਇਸ ਨੂੰ ਲੈ ਕੇ ਕੀ ਹੋਣਾ ਚਾਹੀਦਾ ਇਹ ਨਾ ਮੈਨੂੰ ਇੰਦਾ ਲੱਗਦਾ ਹੈ ਕਿ ਕਈ ਵਾਰ ਕਿਸੇ ਚੀਜ਼ ਨੂੰ ਨਾ ਹਾਈਲਾਈਟ ਕਰਨ ਦੇ ਲਈ ਕੰਟਰੋਵਰਸ਼ੀਅਲ ਸਟੇਟਮੈਂਟਸ ਦੇਣੀਆਂ ਚਾਹੁੰਦੀਆਂ ਹੁੰਦੀਆਂ ਇਹੋ ਜਿਹੀਆਂ ਏਜੰਸੀਆਂ ਜਾਂ ਇਹੋ ਜਿਹੇ ਵਰਕਿੰਗ ਪਲੇਟਫਾਰਮ ਨੇ ਤੇ ਜਿਹੜੀ ਇਹ ਪਿਕਚਰ ਦੇ ਵਿੱਚ ਇਦਾਂ ਦੀ ਕੋਈ ਵੀ ਗੱਲ ਅਗਰ ਕੀਤੀ ਗਈ ਹੈ ਜਾਂ ਹੋ ਰਹੀ ਹੈ ਜੋ ਮੈਨੂੰ ਮੀਡੀਆ ਦੇ ਜ਼ਰੀਏ ਪਤਾ ਲੱਗੀਆਂ ਨੇ ਉਹ ਚਾਹਤ ਮੈਂ ਇਹ ਸਮਝਦਾ ਹਾਂਗਾ ਕਿ ਇਹ ਨਾ ਇੱਕ ਮਤਲਬ ਪਪੂਲੈਰਿਟੀ ਲਈ ਕੀਤਾ ਜਾਂਦਾ ਕਿ ਕਿਉਂਕਿ ਪੰਜਾਬੀ ਲੋਕ ਜਿਹੜੇ ਨੇ ਇਹਨਾਂ ਚੀਜ਼ਾਂ ਨੂੰ ਜੇ ਉਹਨਾਂ ਨੂੰ ਚੰਗੀ ਲੱਗਦੀ ਹੈ ਤਾਂ ਉਹ ਮਨੀ ਵੀ ਖਰਚ ਕਰਦੇ ਆ ਸਪੈਂਡ ਆਫ ਮਨੀ ਵਧ ਕਰਦੇ ਆ ਤੇ ਜੇ ਮਾੜੀ ਲੱਗਦੀ ਹੈ ਤੇ ਫਿਰ ਆਵਾਜ਼ ਵੀ ਚੁੱਕਦੇ ਆ ਤੇ ਮੈਨੂੰ ਲੱਗਦਾ ਕਿ ਇਹ ਧਰਮਿੰਦਰ ਹੁਣ ਦਾ ਜਿਹੜਾ ਪਰਿਵਾਰ ਹੈ ਜਾਂ ਜਿਹੜੇ ਵੀ ਪੰਜਾਬੀ ਬਾਲੀਵੁੱਡ ਦੇ ਵਿੱਚ ਹੈਗੀ ਇੰਡਸਟਰੀ ਦੇ ਮੈਂਬਰ ਨੇ ਇਹਨਾਂ ਨੂੰ ਨਾ ਇਹ ਪੰਜਾਬੀ ਤੜਕਾ ਲਾ ਕੇ ਨਾ ਆਪਣੀ ਪਿਕਚਰ ਨੂੰ ਪਪੂਲੈਰਿਟੀ ਚ ਲੈ ਕੇ ਆਂਦੇ ਆ ਤੇ ਜਿਹਦੇ ਵਿੱਚ ਕਈ ਵਾਰੀ ਇਹਨਾਂ ਦੀ ਚੀਜ਼ ਜਿਹੜੀ ਆ ਉਹ ਵਧੀਆ ਹਾਈਲਾਈਟ ਹੋ ਜਾਂਦੀ ਹੈ ਯਾਦ ਕੀ ਤਾਂ ਇਹਨਾਂ ਨੇ ਮਤਲਬ ਜਿਹੜੀ ਵੈਲੀ ਅਰਜਨ ਵੈਲੀ ਦੀ ਜਿਹੜੀ ਗਾਣੇ ਵਾਲੀ ਗੱਲ ਵੀ ਕੀਤੀ ਹੈ ਉਹਦੇ ਵਿੱਚ ਵੀ ਸਾਰਿਆਂ ਨੂੰ ਪਤਾ ਕੀ ਕੀ ਇਤਰਾਜ਼ ਨੇ ਉਹਨਾਂ ਨੇ ਉਹਨੂੰ ਨਜਾਇਜ਼ ਢੰਗ ਦੇ ਨਾਲ ਇੱਕ ਪਿਕਚਰਾਈਜ਼ ਕੀਤਾ ਉਹਦਾ ਕਨਸੈਪਟ ਬਿਲਕੁਲ ਹੀ ਚੇਂਜ ਕਰ ਦਿੱਤਾ ਫਿਰ ਪਿਕਚਰ ਦੇ ਵਿੱਚ ਕੁਝ ਇਦਾਂ ਦੇ ਟੰਗ ਤਰੀਕੇ ਦਿਖਾਏ ਗਏ ਜਿਹੜੇ ਵਾਇਲੇਸ਼ਨ ਦੇ ਵਿੱਚ ਨਾ ਮਤਲਬ ਜਿਹੜੇ ਨਜਾਇਜ਼ ਹੁੰਦੇ ਇੱਕ ਵਾਇਲੇਸ਼ਨ ਦਾ ਕੋਈ ਤੌਰ ਤਰੀਕਾ ਹੁੰਦਾ ਜਿਹਦੇ ਅੰਦਰ ਕਿਸੇ ਹੱਕ ਸਾਥ ਲਈ ਲੜਾਈ ਹੁੰਦੀ ਹੈ ਇੱਕ ਹੁੰਦੀ ਹੈ ਕਿ ਮਤਲਬ ਵੈਲੀ ਜਿਹੜਾ ਵਰਡ ਯੂਜ਼ ਕੀਤਾ ਉਹ ਉਹਨਾਂ ਨੇ ਉਹਨੂੰ ਜ਼ਿਆਦਾ ਮਤਲਬ ਉਕਸਾ ਕੇ ਨਾ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਮਾੜੀ ਚੀਜ਼ ਹੈ ਇਦਾਂ ਮਤਲਬ ਸਮਾਜ ਲਈ ਇਹ ਚੀਜ਼ਾਂ ਮਾੜੀਆਂ ਨੇ ਇੱਕ ਐਨੀਮਲ ਫਿਲਮ ਦੇ ਵਿੱਚ ਮਾਰ-ਟੜ ਬੋਲ ਦਿਖਾਈ ਗਈ ਹੈ ਇੱਕ ਵਕੀਲ ਹੋਣ ਦੇ ਨਾਤੇ ਤੁਹਾਨੂੰ ਲੱਗਦਾ ਕਿ ਇਸ ਦੇ ਤੇ ਰੋਕ ਲੱਗਣੀ ਚਾਹੀਦੀ ਇਹਦੇ ਵਿੱਚ ਸਰਕਾਰ ਚਾਹੇ ਤਾਂ ਕਿਸੇ ਤੇ ਵੀ ਰੋਕ ਲਾ ਸਕਦੀ ਹੈ ਜੇਕਰ ਕੋਈ ਵਲਗੈਰਟੀ ਹੁੰਦੀ ਹੈ ਤੇ ਉਹਨੂੰ ਏ ਸਰਟੀਫਿਕੇਟ ਦੇ ਦਿੰਦੇ ਨੇ ਉਹ ਤੈਅ ਕਰ ਲੈਂਦੇ ਨੇ ਵੀ ਇਹ ਬੱਚਿਆਂ ਦੇ ਵੇਖਣ ਦੇ ਕਾਬਲ ਨਹੀਂ ਹੈਗੀ ਇਸੇ ਤਰ੍ਹਾਂ ਹੀ ਜਿਹੜੀਆਂ ਜਿਹਦੇ ਚ ਮਾਰ-ਟੜ ਹੋਵੇ ਉਹ ਚਾਹੀਦਾ ਸਿਰਫ ਜਿੱਥੇ ਕੁਸ਼ਤੀ ਤੇ ਕਬੱਡੀ ਦੇ ਮੁਕਾਬਲੇ ਹੁੰਦੇ ਉਹਨਾਂ ਪਹਿਲਵਾਨਾਂ ਨੂੰ ਹੀ ਵਿਖਾ ਲਿਆ ਕਰਨ ਆਮ ਲੋਕਾਂ ਨੂੰ ਵਿਖਾਣ ਹੀ ਨਾ ਇਹਦੇ ਵਾਸਤੇ ਕੋਈ ਵੱਖਰਾ ਸਰਟੀਫਿਕੇਟ ਜਾਰੀ ਕਰਦਾ ਨੇ ਵੀ ਇਹਦੇ ਵਿੱਚ ਉਹ ਵਾਇਲੈਂਸ ਹੈਗੀ ਹੈ ਜਿਹੜਾ ਇਹੋ ਜੀ ਫਿਲਮ ਵੇਖਣੀ ਚਾਹੁੰਦਾ ਉਹਦੇ ਵਾਸਤੇ ਕੋਈ ਵੱਖਰਾ ਸਰਟੀਫਿਕੇਟ ਬਣਾ ਦਨਾ ਆਮ ਤੌਰ ਤੇ ਜਿਹੜੀਆਂ ਫਿਲਮਾਂ ਹੁੰਦੀਆਂ ਉਹਦਾ ਕੋਈ ਨਾ ਕੋਈ ਮੈਸੇਜ ਹੋਣਾ ਚਾਹੀਦਾ ਜਾਂ ਤੇ ਉਹ ਕਿਸੇ ਮਨੋਰੰਜਨ ਵਾਸਤੇ ਹੁੰਦੀਆਂ ਨੇ ਨਾ ਤਾਂ ਕਿਉਂ ਮਨੋਰੰਜਨ ਹੈ ਨਾ ਇਹਦੇ ਵਿੱਚ ਕੋਈ ਮੈਸੇਜ ਇਹ ਤਾਂ ਸਗੋ ਸਮਾਜ ਨੂੰ ਲਈ ਤੋ ਲਾਣ ਵਾਲੀ ਗੱਲ ਹੈ ਇਸ ਕਰਕੇ ਜਿਹੜੀ ਪਹਿਲਾਂ ਗੱਲ ਕੀਤੀ ਨਾ ਵੀ ਅਰਜਨ ਵ ਜਿਹੜਾ ਵੈਲੀ ਸ਼ਬਦ ਹੈ ਉਹ ਪੰਜਾਬ ਦੇ ਵਿੱਚ ਹੁਣ ਚੰਗੇ ਤਰੀਕੇ ਦੇ ਨਾਲ ਨਹੀਂ ਸਮਝਿਆ ਜਾਂਦਾ ਕਿ ਨੈਕਟਿਵ ਤੌਰ ਤੇ ਵੀ ਲਿੱਤਾ ਜਾਂਦਾ ਜਿਆਦਾ ਨੈਕਟਿਵ ਤੌਰ ਤੇ ਲਿਆ ਜਾਂਦਾ ਇਹਨੂੰ ਕੋਈ ਗਲੋਰੀਫਾਈ ਕਰਨ ਵਾਲੀ ਗੱਲ ਨਹੀਂ ਹੈਗੀ ਗਲੋਰੀਫਾਈ ਜੇ ਕਰਨਾ ਹੋਵੇ ਤਾਂ ਹਰੀ ਸਿੰਘ ਨਲਵੇ ਦਾ ਕਿਰਦਾਰ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਹੈ ਉਹਨੂੰ ਵਿਖਾਇਆ ਜਾ ਸਕਦਾ ਸੀ ਜੇ ਗਲੋਰੀਫਾਈ ਕਰਨਾ ਹੁੰਦਾ ਲੇਕਿਨ ਉਹਨਾਂ ਨੇ ਇਹ ਨਹੀਂ ਵਿਖਾਇਆ ਉਹਨਾਂ ਨੇ ਜਿਹੜੀ ਸਿੱਖ ਸਮਾਜ ਦੇ ਵਿੱਚ ਹਥਿਆਰਾਂ ਨੂੰ ਪੂਜਿਆ ਜਾਂਦਾ ਲੇਕਿਨ ਉਹ ਹਥਿਆਰ ਉਦੋਂ ਚੱਕਿਆ ਜਾਂਦਾ ਜਦੋਂ ਜ਼ੁਲਮ ਦੇ ਖਿਲਾਫ ਚੱਕਣਾ ਹੋਵੇ ਕਿਤੇ ਆਮ ਹੀ ਨਜਾਇਜ਼ ਕਿਸੇ ਵਿਅਕਤੀ ਤੇ ਹਮਲਾ ਕਰਦਾ ਨਾ ਇਹਨੂੰ ਚੰਗਾ ਨਹੀਂ ਸਮਝਿਆ ਜਾਂਦਾ ਔਰ ਇਹ ਫਿਲਮ ਦੇ ਵਿੱਚ ਜਿਹੜਾ 네ਗੇਟਿਵ ਪੱਖ ਵਿਖਾਇਆ ਗਿਆ ਅੱਛਾ ਆਖਰੀ ਸਵਾਲ ਹੈ ਕਿ ਹੁਣ ਜੇ ਸੈਂਸਰ ਬੋਰਡ ਵੱਲੋਂ ਇਹ ਮੰਗ ਨਹੀਂ ਪੂਰੀ ਕੀਤੀ ਜਾਂਦੀ ਕਿ ਇਸ ਨੂੰ ਹੋਰ ਵੱਡੇ ਪੱਧਰ ਤੇ ਲਿਜਾਇਆ ਜਾ ਸਕਦਾ ਹੈ ਇਹਦੇ ਵਾਸਤੇ ਦੇਖੋ ਜੀ ਇਹ ਜਿਹੜਾ ਸੈਂਸਰ ਬੋਰਡ ਜਦੋਂ ਕਰਦਾ ਨਾ ਇਹ ਲੀਗਲ ਮੈਟਰ ਹੋ ਜਾਂਦਾ ਉਸ ਤੋਂ ਬਾਅਦ ਅਸੀਂ ਇਹਨੂੰ ਇਹਦੇ ਖਿਲਾਫ ਰੈਟ ਵੀ ਦਾਇਰ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਜਿਹੜੇ ਸਰਕਾਰ ਨੂੰ ਅਪੀਲ ਕਰ ਸਕਦੇ ਆ ਵੀ ਇਹਦੇ ਫਿਲਮਾਂ ਤੇ ਪਾਬੰਦੀ ਲਾਈ ਜਾਵੇ ਕਿਉਂਕਿ ਸਰਕਾਰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਸਰਕਾਰ ਦੀ ਡਿਊਟੀ ਹੈ ਤੇ ਉਹ ਕਿਸੇ ਵੀ ਫਿਲਮ ਨੂੰ ਕਿਸੇ ਵੀ ਸਟਰੀਟ ਦੇ ਵਿੱਚ ਚੱਲਣ ਤੇ ਰੋਕ ਲਾ ਸਕਦੇ ਨੇ ਤੁਸੀਂ ਕਾਨੂੰਨੀ ਤੌਰ ਤੇ ਇਸ ਨੂੰ ਕੁਝ ਕਰੋਗੇ ਬਿਲਕੁਲ ਉਹਦੇ ਤੇ ਬਿਲਕੁਲ ਕੰਮ ਕਰ ਰਹੇ ਆ ਠੀਕ ਹੈ ਜੀ ਧੰਨਵਾਦ ਤੁਸੀਂ ਦੇਖਿਆ ਕਿ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਸੈਂਸਰ ਬੋਰਡ ਕੋ ਅਪੀਲ ਕੀਤੀ ਹੈ ਕਿ ਇਹੋ ਜੀਆਂ ਫਿਲਮਾਂ ਵੇਲੇ ਜਾਂ ਸੈਂਸਰ ਬੋਰਡ ਦੇ ਵਿੱਚ ਇੱਕ ਸਿੱਖ ਇਤਿਹਾਸ ਨਾਲ ਜੁੜਿਆ ਜਾਂ ਸਿੱਖ प्रतिधीदी ਨੂੰ ਸ਼ਾਮਲ ਕਰਨਾ ਜ਼ਰੂਰੀ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪਰਮਜੀਤ ਸਿੰਘ ਰਾਂਗਪੁਰੀ ਵਾਇਸੋ ਪੰਜਾਬ ਜਲੰਧ ਆਪਾਂ ਦੇ ਨਾਲ ਨਹੀਂ ਕੋਈ